ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਅਨਦਰ ਟਰੈਕਿੰਗ ਵਲੌਗ। ਅੱਜ ਫਿਰ ਸੇਮ ਆਪਣਾ ਲੋਡ ਹੈ, ਆਪਾਂ ਕੰਮ ਕਰ ਰਹੇ ਹਾਂ ਜੀ ਲੋਕਲ ਹੀ, ਹੈ ਨਾ, ਆਪਣੀ ਪੋਜੀਸ਼ਨ ਲੋਕਲ ਹੈ। ਸੋ ਅੱਜ ਆਪਾਂ ਆ ਗਏ ਲੋਕਲ ਟਰੱਕ ਵਲੌਗ ਬਣਾਵਾਂਗੇ। ਸੋ ਰਾਈਟ ਨਾਓ ਆਪਾਂ, ਮੈਂ ਥੋੜ੍ਹਾ ਲੇਟ ਹੋ ਗਿਆ ਨਾ ਵਲੌਗ ਸ਼ੁਰੂ ਕਰਨ ਲੱਗਿਆ। ਸੋ ਆਪਾਂ ਆਲਰੇਡੀ ਕੋਸਟਕੋ ਆ ਚੁੱਕੇ ਹਾਂ, ਦਿਨ ਆਪਣਾ ਸਟਾਰਟ ਹੋ ਗਿਆ ਸੀਗਾ 2:30 ਵਜੇ ਦੁਪਹਿਰ ਦੇ। ਸੋ ਅੱਜ ਡੇਟ ਹੈਗੀ 4 ਅਗਸਤ, ਅਤੇ 2:30 ਵਜੇ ਆਪਾਂ ਸਟਾਰਟ ਕੀਤਾ ਸੀਗਾ। ਹੁਣ ਆਲਰੇਡੀ ਆਈ ਥਿੰਕ 4 ਵੱਜ ਚੁੱਕੇ ਆ। ਸੋ ਆਪਾਂ ਕੋਸਟਕੋ ਆਏ ਹੋਏ ਹਾਂਗੇ, ਅਤੇ ਬਸ ਇੱਥੋਂ ਕੋਸਟਕੋ ਆਪਾਂ ਡਿਲੀਵਰ ਕਰਕੇ ਆਪਾਂ ਨੈਕਸਟ ਲੋਡ ਇੱਥੋਂ ਬੋਪਟੇ ਦੀ ਮੋਸਟ ਲਾਈਕਲੀ ਜਾਵਾਂਗੇ, ਬਿਕੋਜ਼ ਆਈ ਡੋਂਟ ਥਿੰਕ ਕਿ 15 ਮਿੰਟ ਦੇ ਵਿੱਚ ਕੁਛ ਹੋਰ ਖਾਲੀ ਹੋ ਰਿਹਾ। ਅਤੇ ਆਪਾਂ ਇੱਥੋਂ ਬੋਪਟੇ ਨਿਕਲਣਾ ਗਾ, ਬੋਪਟੇ ਨਿਕਲ ਕੇ ਜੀ ਆਪਾਂ ਜਾਵਾਂਗੇ ਯਾਰਡ ਦੇ ਵਿੱਚ। ਯਾਰਡ ਦੇ ਵਿੱਚੋਂ ਆਪਾਂ ਇੱਕ ਲੋਡਿਡ ਟ੍ਰੇਲਰ ਪਿੱਕ ਕਰਨਾ ਆ, ਅਤੇ ਲੋਡਿਡ ਟ੍ਰੇਲਰ ਪਿੱਕ ਕਰਕੇ ਆਪਾਂ ਜਾਣਾ ਜੀ ਵਾਲਮਾਰਟ ਦੇ ਵਿੱਚ ਡਿਲੀਵਰੀ ਕਰਨੀ ਹੈ, ਹੈ ਨਾ। ਅਤੇ ਫਿਰ ਆਪਾਂ ਉਹ ਐਮਟੀ ਟ੍ਰੇਲਰ ਲਿਆ ਕੇ ਉਹਨੂੰ ਕਲੀਨ ਕਰਕੇ ਆਪਾਂ ਇੱਕ ਰਿਸੀਵਰ ਆ ਪਲਾਸਟਿਕ ਪੈਕ ਇੰਡਸਟਰੀਜ਼, ਅਤੇ ਆਪਾਂ ਉਹਨਾਂ ਦੇ ਇਹਨੂੰ ਟ੍ਰੇਲਰ ਨੂੰ ਛੱਡ ਦੇਣਾ ਆ, ਹੈ ਨਾ। ਸੋ ਇੰਨਾ ਕੁ ਆਪਣਾ ਉਹੀ ਸੇਮ ਰੂਟੀਨ ਹੀ ਹੈ, ਬਟ ਅੱਜ ਆਪਾਂ ਜਸਟ ਫੋਰ ਵੀਡੀਓ ਆਪਾਂ ਵਲੌਗ ਬਣਾ ਰਹੇ ਹਾਂਗੇ। ਸੋ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ, ਹੈ ਨਾ। ਜੇ ਵਧੀਆ ਲੱਗੇਗੀ ਤਾਂ ਪਲੀਜ਼ ਲਾਈਕ ਕਰ ਲਿਓ ਵੀਡੀਓ ਨੂੰ, ਅਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਤਾਂ ਕਿ ਆਪਾਂ ਹੋਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ। ਸੋ ਆ ਜਾਓ ਜੀ ਆਪਾਂ ਹੁਣ ਇੱਥੋਂ, ਆਈ ਥਿੰਕ ਨਿਕਲਣ ਦਾ ਟਾਈਮ ਹੋ ਹੀ ਗਿਆ, ਬਿਕੋਜ਼ ਨੈਕਸਟ ਜਿਹੜੀ ਆਪਣੀ ਕੋਸਕੋ ਦੀ ਸੋਰੀ ਵਾਲਮਾਰਟ ਦੀ ਡਿਲੀਵਰੀ ਹੈਗੀ ਹੈ, ਉਹ ਹੈਗੀ ਅਬਾਊਟ 6:30। ਸੋ ਆਪਣੇ ਕੋਲ ਸਟਿਲ ਇਨਫ ਟਾਈਮ ਹੈਗਾ ਆ, ਵੈਸੇ ਆਪਾਂ ਵੇਟ ਕਰ ਸਕਦੇ ਹਾਂ, ਹੈ ਨਾ, ਆਪਾਂ ਨੂੰ ਇੰਨਾ ਰਸ਼ ਨਹੀਂ ਹੈਗਾ। ਆਪਾਂ ਵਾਪਸ 5:30 ਤੱਕ ਪਹੁੰਚਣਾ ਯਾਰਡ ਦੇ ਵਿੱਚ, ਅਤੇ ਠੀਕ ਹੈ ਜੀ। ਬਸ ਆਪਾਂ ਉੱਥੇ ਯਾਰਡ ਦੇ ਵਿੱਚ ਚੱਲ ਕੇ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਥੋੜ੍ਹੀ ਬਹੁਤੀ ਆਪਾਂ ਡਰਾਈਵ ਸ਼ੂਟ ਕਰਾਂਗੇ, ਹੈ ਨਾ, ਕਿਉਂਕਿ ਆਪਣੇ ਬਲੌਕਸ ਦੇ ਵਿੱਚ ਜ਼ਿਆਦਾਤਰ ਆਪਾਂ ਸ਼ਿਪਰ ਰਿਸੀਵਰ ਦੀ ਖੜ ਕੇ ਗੱਲ ਕਰਦੇ ਹਾਂਗੇ, ਬਟ ਆਪਾਂ ਅੱਜ ਥੋੜ੍ਹਾ ਜਿਹਾ ਐਡ ਕਰਾਂਗੇ ਸਿਟੀ ਡਰਾਈਵਿੰਗ ਦਾ ਵਿਊ, ਹੈ ਨਾ, ਅਤੇ ਤੁਸੀਂ ਇੰਜੋਏ ਕਰੋ ਜੀ। ਬੋਪਟੇ ਦੀ ਆਏ ਸੀ ਨਾ, ਮੈਂ ਨੈਕਸਟ ਟ੍ਰੇਲਰ ਵੀ ਹੁੱਕਅਪ ਕਰ ਲਿਆ। ਇਹ ਹੁਣ ਹੈਗਾ ਵਾਲਮਾਰਟ ਦੀ ਡਿਲੀਵਰੀ, ਹੈ ਨਾ, ਆਪਾਂ ਵਾਲਮਾਰਟ ਡਿਲੀਵਰੀ ਕਰਨਾ, ਅਤੇ ਵਾਲਮਾਰਟ ਡਿਲੀਵਰ ਕਰਕੇ ਆਪਾਂ ਵਾਪਸ ਯਾਰਡ ਦੇ ਵਿੱਚ ਆਉਣਾ, ਅਤੇ ਯਾਰਡ ਦੇ ਵਿੱਚ ਆ ਕੇ ਟ੍ਰੇਲਰ ਕਲੀਨ ਕਰਨਾ, ਟ੍ਰੇਲਰ ਕਲੀਨ ਕਰਕੇ ਆਪਾਂ ਫਿਰ ਇਹਨੂੰ ਪਲਾਸਟਿਕ ਪੈਕ ਇੰਡਸਟਰੀਜ਼ ਦੇ ਵਿੱਚ ਡਰੋਪ ਕਰਨਾ, ਅਤੇ ਉਸ ਤੋਂ ਬਾਅਦ ਦਾ ਫਿਰ ਆਪਣਾ ਜਿਹੜਾ ਪਲੈਨ ਹੈਗਾ, ਕਾਫੀ ਅੱਜ ਕੰਮ ਆਪਣਾ ਆਲਰੇਡੀ 3:30 ਵਜੇ ਤੱਕ, ਹੈ ਨਾ, ਆਪਾਂ ਨੂੰ ਮਿਲ ਚੁੱਕਿਆ। 3:30 ਵਜੇ ਤੱਕ ਤਾਂ 4 ਵੱਜ ਜਾਣੇ, ਆਪਾਂ ਨੂੰ 4 ਵਜੇ ਡਨ ਹੋ ਜਾਵਾਂਗੇ। ਸੋ ਉਹਦੇ ਬਾਅਦ ਫਿਰ ਆਪਾਂ ਬੋਪਟੇਲ ਜਾਣਾ ਲੋਬਲਾਸ ਚੋਂ ਲੋਡ ਚੱਕਣਾ, ਲਿਆ ਕੇ ਯਾਰਡ 'ਚ ਡਰੋਪ ਕਰਨਾ, ਫਿਰ ਕੋਸਕੋ ਤੋਂ ਵਾਪਸ ਯਾਰਡ, ਅਤੇ ਆਫਟਰ ਡੈਟ ਆਪਾਂ ਡਨ ਲਾਂਗੇ। ਸੋ ਇੰਨਾ ਕੀ ਆ, ਹੈ ਨਾ, ਆਪਾਂ ਚਲੋ ਆ ਜਾਓ ਚੱਲਦੇ ਹਾਂ ਹੁਣ ਆਪਾਂ ਵਾਲਮਾਰਟ ਡਿਲੀਵਰੀ ਕਰਨ।
ਸੋ ਆਪਾਂ ਹੁਣ ਆ ਗਏ ਜੀ ਵਾਲਮਾਰਟ ਹੈ ਨਾ ਇਹ ਵਾਲਮਾਰਟ ਹੈ ਸਾਊਥ ਰਜੈਨਾ ਵਾਲਾ ਅਤੇ ਬਾਈ ਪਹਿਲਾਂ ਆਲਰੇਡੀ ਆਏ ਹੋਏ ਨੇ ਬਾਈ ਡਿਲੀਵਰੀ ਕਰ ਰਹੇ ਨੇ ਅਤੇ ਐਸ ਸੂਨ ਐਜ਼ ਇਹ ਡਨ ਹੁੰਦੇ ਆਪਾਂ ਡੋਰ 'ਤੇ ਜਾ ਕੇ ਬੈਕ ਲਾ ਦੇਣੀ ਆ ਮੈਂ ਪੇਪਰ ਵਰਕ ਚੱਲਿਆਂ ਦੇਣ ਹੈ ਨਾ ਉੱਥੇ ਅਤੇ ਐਸ ਆਪਾਂ ਉਹਨਾਂ ਨੂੰ ਜਾਂ ਵੇਟ ਕਰਨੀ ਪੈਣੀ ਆ ਕਿਉਂਕਿ ਆਈ ਥਿੰਕ ਬਾਈ ਹਲੇ ਅੰਦਰ ਹੀ ਆ ਅਤੇ ਜਦੋਂ ਬਾਈ ਮੂਵ ਕਰੂਗਾ ਟਰੱਕ ਫਿਰ ਆਪਾਂ ਬੈਕ ਲਾਉਣਾ ਕਿਉਂਕਿ ਇਹਨਾਂ ਦੀ ਇੱਕੋ ਡੋਰ ਚੱਲਦੀ ਆ ਨਾ ਐਟ ਏ ਟਾਈਮ ਅਤੇ ਸੋ ਆਪਾਂ ਦੀ ਵੇਟ ਕਰਦੇ ਹਾਂ ਜੀ ਦੇਖੋ ਕੀ ਬਣਦਾ ਮੌਸਮ ਵਧੀਆ ਥੋੜ੍ਹਾ ਠੰਡਾ ਮੌਸਮ ਹੈ ਨਹੀਂ ਨੋਰਮਲ ਗਰਮੀ ਬਹੁਤ ਹੋਈ ਪਈ ਸੀਗੀ ਹੈ ਨਾ ਪਹਿਲਾਂ ਕੱਲ੍ਹ ਪਰਸੋਂ ਉਹਦੇ ਕਰਕੇ ਅੱਜ ਕੁਛ ਚਲੋ ਵਧੀਆ ਨਾ ਥੋੜ੍ਹੀ ਠੰਡਕ ਜੀ ਹੈਗੀ ਅੱਜ ਇਸ ਨੂੰ ਬਾਹਰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਗਲਵਸ ਚੱਕ ਲਈਏ ਨਾ ਕਿਉਂਕਿ ਆਪਾਂ ਨੂੰ ਉੱਥੇ ਬਾਈ ਨੇ ਸੀਲ ਚੈੱਕ ਕੀਤੀ ਫਿਰ ਆਪਾਂ ਡੋਰ ਖੋਲ੍ਹ ਕੇ ਨਾਲ ਦੀ ਨਾਲ ਹੀ ਲਾਉਣਾ ਕਿਉਂਕਿ ਥੋੜ੍ਹਾ ਹੀ ਹੋਊਗਾ ਨਾ ਮੈਨੂੰ ਲੱਗਦਾ ਨਹੀਂ ਸਕਿੱਡਾਂ ਵਾਲੀਆਂ ਹੈਗੀਆਂ ਨੇ ਇਹਦੇ 'ਚ ਸਿਰਫ 9 ਸਕਿੱਡਾਂ ਨੇ ਅਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਪਤਾ ਜਾਂਦਾ ਹੈ ਨਾ ਪੈਂਟਰੀ ਅਤੇ ਨੰਬਰ ਆਫ ਪੈਲਟਸ 9 ਸਟੋਰ ਨੰਬਰ 377 ਉਹ ਪਹਿਲਾਂ ਉੱਪਰਲੀ ਮੈਡੀਸਨ ਐਡ ਸੀ ਉਹ ਕੋਈ ਡਿਲੀਵਰੀ ਕਰਿਆ ਆ ਆਲਰੇਡੀ ਆਪਾਂ ਹੁਣ ਇਹ ਡਿਲੀਵਰੀ ਕਰਨ ਲੱਗੇ ਹਾਂ ਪਿੱਛੇ ਇਹਨਾਂ ਦੀ ਓਪੋਜ਼ਿਟ ਸਾਈਡ ਆ ਜੀ ਬਲਾਈਂਡ ਸਾਈਡ ਬੈਕ ਲਾਉਣੀ ਪੈਂਦੀ ਹੈ ਇੱਥੇ ਬਟ ਈਜ਼ੀ ਹੈ ਨਾ ਕਿਉਂਕਿ ਜਗ੍ਹਾ ਬਹੁਤ ਹੈ ਇੱਥੇ ਸੋ ਆਰਾਮ ਨਾਲ ਬੈਕ ਲਾ ਜਾਂਦੀ ਹੈ ਕੋਈ ਇਸ਼ੂ ਨਹੀਂ ਹੈਗਾ ਉਰੇ ਆ ਇਹਨਾਂ ਦੀਆਂ ਪੈਲਟਾਂ ਰੱਖੀਆਂ ਹੋਈਆਂ ਨੇਗੀਆਂ ਅਤੇ ਉਹ ਡੋਰ ਆ ਜੀ ਸਾਹਮਣੇ ਹੈ ਨਾ ਆਪਾਂ ਉੱਥੇ ਜਾਣਾ ਅਤੇ ਚਲੋ ਮੈਂ ਚੈੱਕ ਇਨ ਕਰਦਾ ਜਾ ਕੇ ਬਾਈ ਨਾਲ ਦੇਖਦੇ ਹਾਂ ਕੀ ਕਹਿੰਦੇ ਆ ਸੋ ਜੀ ਚੈੱਕ ਇਨ ਹੋ ਗਿਆ ਆਪਣਾ ਹੁਣ ਆਪਾਂ ਬਸ ਵੇਟ ਕਰ ਰਹੇ ਹਾਂ ਬਾਈ ਕਹਿੰਦਾ ਸਲੋ ਬਹੁਤ ਨੇ ਹੈ ਨਾ ਟਾਈਮ ਬਹੁਤ ਆ ਰਹੇ ਨੇ ਅੱਜ ਅੰਦਰਲੇ ਕਿਉਂਕਿ ਇੱਥੇ ਦੋ ਬਾਈ ਨੇ ਹੈ ਨਾ ਇੱਕ ਆਪਣਾ ਪੰਜਾਬੀ ਮੁੰਡਾ ਇੱਕ ਬਾਈ ਪਾਕਿਸਤਾਨ ਤੋਂ ਆ ਉਹ ਮੁੰਡੇ ਦੋਨੇ ਬਹੁਤ ਤੇਜ਼ ਨੇ ਹੈ ਨਾ ਪਰ ਕਈ ਵਾਰੀ ਕੋਈ ਨਵਾਂ ਹੁੰਦਾ ਜਿਹੜਾ ਉਹ ਬਹੁਤ ਹੌਲੀ ਕਰਦੇ ਨੇ ਕੰਮ ਸੋ ਆਪਾਂ ਹੁਣ ਬਸ ਉਹਨਾਂ ਦੀ ਵੇਟ ਕਰਦੇ ਹਾਂ ਐਸ ਸੂਨ ਐਜ਼ ਬਾਈ ਡਨ ਹੋਊਗਾ ਅਤੇ ਆਪਾਂ ਡੋਕ 'ਤੇ ਲਾ ਦਾਂਗੇ ਜੀ ਬੈਕ ਸੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਅਤੇ ਦੇਖਦੇ ਰਹੋ ਹਾਂਜੀ ਸੋ ਆਪਾਂ ਡਿਲੀਵਰ ਹੋ ਗਏ ਹਾਂ ਜੀ ਵਾਲਮਾਰਟ ਦਾ ਲੋਡ ਅਤੇ ਹੁਣ ਆਪਾਂ ਇੱਥੋਂ ਜਾਣਾ ਯਾਰਡ ਦੇ ਵਿੱਚ ਹੈ ਨਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਅਤੇ ਆਪਾਂ ਯਾਰਡ ਦੇ ਵਿੱਚ ਜਾ ਕੇ ਟ੍ਰੇਲਰ ਨੂੰ ਕਲੀਨ ਕਰਨਾ ਹੈ ਨਾ ਕਿਉਂਕਿ ਵਾਲਮਾਰਟ ਦੇ ਜਿਵੇਂ ਪੈਲਟਸ ਹੁੰਦੀਆਂ ਨੇ ਨਾ ਜੋ ਲਾਉਂਦੇ ਨੇ ਅਤੇ ਪੈਲਟਾਂ ਕਈ ਪੈਲਟਸ ਹੁੰਦਾ ਟੁੱਟ ਵਗੈਰਾ ਜਾਂਦੀਆਂ ਨੇ ਸੋ ਜਿਹੜਾ ਵੁੱਡਨ ਹੁੰਦਾ ਜਾਂ ਹੋਰ ਪਲਾਸਟਿਕ ਰੈਪ ਹੁੰਦੀਆਂ ਨੇ ਜਿਹੜੀਆਂ ਸਕਿੱਡ ਦੇ ਉਹ ਫਿਰ ਕਈ ਵਾਰੀ ਟਰੱਕ ਦੇ ਵਿੱਚ ਰਹਿ ਜਾਂਦੇ ਨੇ ਸੋ ਜਿਹੜੀ ਜਿੱਥੇ ਆਪਾਂ ਫਿਰ ਡਰੋਪ ਕਰਨਾ ਉਹ ਉਹਨਾਂ ਦੀ ਰਿਕੁਆਇਰਮੈਂਟ ਆ ਹੈ ਨਾ ਵੀ ਕਲੀਨ ਟ੍ਰੇਲਰ ਚਾਹੀਦਾ ਉਹਨਾਂ ਨੂੰ ਸੋ ਆਪਾਂ ਜਾਵਾਂਗੇ ਯਾਰਡ ਦੇ ਵਿੱਚ ਹੁਣ ਇਹਨੂੰ ਐਮਟੀ ਟ੍ਰੇਲਰ ਨੂੰ ਲੈ ਕੇ ਅਤੇ ਇਹਨੂੰ ਚੰਗੀ ਤਰ੍ਹਾਂ ਕਰਕੇ ਕਲੀਨ ਅਤੇ ਫਿਰ ਇਹਨੂੰ ਆਪਾਂ ਡਰੋਪ ਕਰਨ ਜਾਵਾਂਗੇ ਜੀ ਪਲਾਸਟਿਕ ਪੈਕ ਦੇ ਯਾਰਡ ਦੇ ਵਿੱਚ ਉੱਥੇ ਕੋਈ ਹੁੰਦਾ ਨਹੀਂ ਹੈਗਾ ਨਾ ਜਸਟ ਆਪਾਂ ਇਟ ਸੈਲਫ ਜਾ ਕੇ ਕਿਸੇ ਵੀ ਡੋਰ 'ਤੇ ਬੈਕ ਲਾ ਦੇਣੀ ਆ ਅਤੇ ਬਸ ਇਹੀ ਹੈ ਜੀ ਉੱਥੇ ਬਾਈ ਮੇਰੇ ਮੂਹਰੇ ਜਿਹੜਾ ਸੀਗਾ ਜਿਹੜਾ ਟਰੱਕ ਤੁਹਾਨੂੰ ਮੈਂ ਦਿਖਾਇਆ ਸੀ ਪਹਿਲਾਂ ਇੱਥੇ ਅਤੇ ਉਹਦੀ ਨਾ ਸਾਈਕ ਏਅਰਲਾਈਨ ਵਿਚਾਰੇ ਦੀ ਕਰੈਕ ਹੋ ਗਈ ਸੀਗੀ ਅਤੇ ਬਾਈ ਅੰਦਰੋਂ ਫਿਰ ਟੇਪ ਲੈ ਕੇ ਆਇਆ ਵਾਲਮਾਰਟ ਦਿਓ ਅਤੇ ਫਿਰ ਆਪਾਂ ਅਸੀਂ ਰਲ ਕੇ ਨਾ ਫਿਰ ਉਹ ਟੇਪ ਉਹਦੇ 'ਤੇ ਚਿਪਕਾ ਕੇ ਸਾਰੀ ਉਹਨੂੰ ਪੂਰਾ ਬਣਾ ਕੇ ਰੋਲ ਕਰਕੇ ਉਹਦੀ ਏਅਰ ਲਈ ਕਹਿ ਰਹੀ ਉਹ ਫੋਰ ਦਾ ਟਾਈਮਿੰਗ ਸਟੋਪ ਕਰਤੀ ਹੈ ਫਿਕਸ ਕਰਤੀ ਹੈ ਟੈਂਪਰੇਰੀ ਫਿਕਸ ਕੀਤਾ ਬਟ ਮੈਂ ਇਹਨੂੰ ਕਿਹਾ ਮੈਂ ਵੀਰੇ ਵੀ ਇਹਨੂੰ ਐਸ ਸੂਨ ਐਸ ਪੋਸੀਬਲ ਇਹਨੂੰ ਫਿਕਸ ਕਰਾ ਦੀ ਹੈ ਨਾ ਬਿਕੋਜ਼ ਜੇ ਡੀ ਓ ਟੀ ਉਹ ਚੀਜ਼ ਦੇਖ ਲਵੇ ਉਹ ਫਿਰ ਹਰ ਟਾਈਮ ਦਿੰਦੇ ਆ ਬੰਦੇ ਨੂੰ ਹੈ ਨਾ ਜਦਕਿ ਨਹੀਂ ਹੋਣਾ ਚਾਹੀਦਾ ਸੀ ਇੱਦਾਂ ਕਿਉਂਕਿ ਐਜ਼ ਲੌਂਗ ਐਜ਼ ਏਅਰ ਨਹੀਂ ਲੀਕ ਹੋ ਰਹੀ ਇਟ ਸ਼ੁੱਡ ਬੀ ਗੁੱਡ ਰਾਈਟ ਬਟ ਇੱਦਾਂ ਨਹੀਂ ਆ ਸੋ ਇਹੀ ਸੀਗਾ ਜੀ ਬਸ ਹੁਣ ਆਪਾਂ ਆਪਣਾ ਕੰਮ ਤਾਂ ਹੋ ਗਿਆ ਜੀ ਡਨ ਟ੍ਰੇਲਰ ਆਪਣੇ ਕੋਲ ਹੋ ਗਿਆ ਅਤੇ ਹੁਣ ਆਪਾਂ ਚੱਲਦੇ ਹਾਂ ਯਾਰਡ ਦੇ ਵਿੱਚ ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਯਾਰਡ ਦੇ ਵਿੱਚ ਜਾ ਕੇ ਟ੍ਰੇਲਰ ਕਲੀਨ ਕਰਨਾ ਦਿਖਾਉਂਦੇ ਹਾਂ ਚਲੋ ਜੀ
ਨਹੀਂ ਟ੍ਰੇਲਰ ਤਾਂ ਹੋ ਗਿਆ ਆਪਣਾ ਕਲੀਨ, ਯਾਰਡ ਦੇ ਵਿੱਚ ਆ ਗਏ ਸੀਗੇ ਅਤੇ ਆਹੜਾ ਆਪਣਾ ਟ੍ਰੇਲਰ ਹੈ ਨਾ, ਇਹ ਆਪਾਂ ਕਲੀਨ ਕਰ ਲਿਆ ਗਾ। ਹੁਣ ਮੈਨੂੰ ਚੇਤੇ ਆਇਆ ਹੈ ਨਾ, ਮੈਨੂੰ ਇੱਕ ਝਾੜੂ ਦਿੱਤਾ ਸੀ ਨਾ ਜੋ ਮੈਂ ਸਟਾਰਟ ਕੀਤਾ ਸੀਗਾ ਸਿਟੀ ਦੇ ਵਿੱਚ, ਉਹ ਐਕਚੁਅਲੀ ਮੇਰਾ ਟਰੱਕ ਪੁਰਾਣਾ ਜਿਹੜਾ ਮੈਂ ਯੂਜ਼ ਕਰਦਾ ਸੀ ਨਾ ਉਹ ਉਹਦੇ 'ਚ ਹੀ ਭੁੱਲ ਗਿਆ ਮੈਂ ਉਦੋਂ, ਉਹ ਖੜ੍ਹਾ ਹੈ ਨਾ 7947 ਜਿਹੜਾ ਡੇ ਕੈਬ ਸੀ, ਮੈਂ ਦੇਖਦਾ ਜੇ ਇਹਦੇ ਵਿੱਚ ਹੀ ਪਿਆ ਹੋਇਆ। ਆਈ ਡੋਂਟ ਥਿੰਕ ਇਹ ਟਰੱਕ ਨੂੰ ਕੋਈ ਯੂਜ਼ ਕਰ ਰਿਹਾ ਰਾਈਟ ਨਾਓ, ਬਟ ਕੈਂਟ ਸੇ ਨਾ, ਉਹ ਦੇਖਦੇ ਆ ਮਾੜਾ ਜਿਹਾ ਆਇਓ ਫਿਰ ਇਹਨੂੰ। ਇਹਦੇ ਚਾਬੀ ਹੈਗੀ ਆ ਮੇਰੇ ਇਹਦੀ ਹਲੇ ਵੀ, ਅੱਸੀ ਜੇ ਖੁੱਲਦਾ ਬਟ ਮੈਨੂੰ ਲੱਗਦਾ ਨਹੀਂ ਇਹਦੇ 'ਚ ਹੈਗਾ ਝਾੜੂ ਇਹ, ਕੋਈ ਨਾ ਕੋਈ ਕੱਢ ਲੈਂਦਾ ਨਾ ਕਿਉਂਕਿ ਕਦੋਂ ਵੀ ਉਹ ਨਹੀਂ। ਉਹ ਗੁੱਡ 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 ਪਿਆ, ਕਿਸਮਤ ਚੰਗੀ ਆਪਣੀ ਝਾੜੂ ਨਾ ਕੰਪਨੀ ਨੇ ਦਿੱਤਾ, ਸੋ ਮੈਂ ਨੂੰ ਇਹ ਆਪਦੇ ਕੋਲ ਰੱਖਣਾ ਚਾਹੀਦਾ ਸੀਗਾ, ਮੈਂ ਉਦੋਂ ਭੁੱਲ ਗਿਆ ਇਹ। ਮੈਨੂੰ ਹੁਣ ਚੇਤੇ ਆਇਆ ਟਰੱਕ ਨੂੰ ਕਲੀਨ ਕਰਦੇ ਨਾ ਯਾਰ, ਡਿੱਗ ਪਿਆ ਲੋਕ ਲੱਗ ਗਿਆ ਦੁਬਾਰੇ, ਲਾਤਾ ਜੀ ਲੋਕ। ਆਹ ਕੀ ਚੇਨ ਲਈ ਹੈ ਉੱਥੋਂ ਦੌਲਰਾਮਾ ਤੋਂ, ਨਿੱਕੀ ਟੋਪੀ ਟੋਪੀ ਰੱਖੀ ਹੈ ਜੇਬ 'ਚ। ਚਲੋ ਜੀ ਵਾਪਸ ਚਲੀਏ ਆਪਾਂ ਆਪਦੇ ਟਰੱਕ ਵਾਲੇ ਨੂੰ, ਮੈਂ ਹੈੱਡਫੋਨ ਵੀ ਲਾ ਕੇ ਕੰਨਾਂ ਤੋਂ ਪੜ੍ਹੀ ਫਿਰਦਾ। ਇੱਧਰ ਖੜ੍ਹੇ ਹੁੰਦੇ ਸਾਰੇ ਡੇ ਕੈਬ ਅਤੇ ਇੱਧਰ ਵੀ ਉਹ ਆਪਣੀ ਕਾਰ ਖੜ੍ਹੀ ਹੈ ਸਿਲਵਰ ਹੋਂਡਾ ਅਕੋਰਡ। ਇਹ ਮੈਂ ਲਈ ਸੀਗੀ ਕਾਰ $2000 ਦੀ, ਅਤੇ ਇਹਦੇ ਉੱਪਰ ਆਪਾਂ ਬਹੁਤ ਕੰਮ ਕੀਤੇ ਆਪ, ਅਤੇ ਇਹਦੇ ਮੈਂ ਬੰਪਰ ਫੈਂਡਰ ਟਰਾਂਸਮਿਸ਼ਨ ਦਾ ਕੰਮ ਮੈਂ ਕਾਫੀ ਕੁਛ ਕੀਤਾ ਹੈ ਨਾ, ਸੋ ਹੁਣ ਕਾਫੀ ਵਧੀਆ ਚੱਲਦੀ ਹੈ। ਮੈਂ ਲਈ ਸੀ ਇੰਨੀ ਵਧੀਆ ਨਹੀਂ ਸੀਗੀ ਪਰ ਹੁਣ ਬਹੁਤ ਵਧੀਆ ਚੱਲਦੀ ਹੈ ਗੱਡੀ, ਟਾਈਮਿੰਗ ਸਸਤੀ ਮਿਲ ਗਈ ਥੋੜ੍ਹੀ, ਥੋੜ੍ਹਾ ਬਹੁਤਾ ਕੰਮ ਆਉਂਦਾ ਹੋਇਆ ਬੰਦਾ ਆਪ ਕਰ ਲੈਂਦਾ। ਅਤੇ ਚਲੋ ਜੀ ਟਰੱਕ 'ਚ ਪਹੁੰਚ ਕੇ ਗੱਲ ਕਰਦੇ ਹਾਂ। ਹਾਂਜੀ ਸੋ ਆਪਾਂ ਜੀ ਆਹ ਕਰਤਾ ਟ੍ਰੇਲਰ ਡਰੋਪ, ਅਤੇ ਖੜ੍ਹਾ ਜੀ ਆਪਣਾ ਟਰੱਕ, ਚਮਕ ਰਿਹਾ ਨਾ ਅੱਜ। ਐਕਚੁਅਲੀ ਇਹ ਧੋਤਾ ਸੀਗਾ ਉਹਨਾਂ ਨੇ ਮੰਡੇ ਨਹੀਂ ਜਾਂ ਮੰਡੇ ਵਾਸ਼ ਕਰਾਇਆ, ਸੋ ਆਪਾਂ ਇੱਥੇ ਹੈਗਾ ਪਲਾਸਟਿਕ ਪੈਕ ਹੈ ਨਾ ਲੋਕੇਸ਼ਨ ਰਜਾਈਨਾ, ਨਾਲੇ ਨਾ ਰੇਲਵੇ ਟਰੈਕ ਲੰਘਦਾ ਇੱਥੇ ਹਮੇਸ਼ਾ ਹੀ, ਜਿਵੇਂ ਲਾਈਟਾਂ ਬਹੁਤ ਨੇ ਇੱਥੇ ਚਾਨਣ ਬਹੁਤ ਹੁੰਦਾ, ਸੋ ਆਪਾਂ ਇੱਥੇ ਡਰੋਪ ਕਰਤਾ ਸੀਗਾ। ਇੱਥੇ ਕੋਈ ਪ੍ਰਯੋਗ ਨਹੀਂ ਹੈਗਾ, ਮਤਲਬ ਕੋਈ ਹੁੰਦਾ ਨਿਸ਼ਾਨ ਰਾਤ ਨੂੰ, ਜਸਟ ਤੁਸੀਂ ਕਿਸੇ ਵੀ ਉਹਦੇ 'ਚ ਡੋਰ ਪਿੱਕ ਕਰੋ ਜਸਟ ਡਰੋਪ ਕਰ ਦੇਣਾ ਆਪਾਂ ਹੈ ਨਾ। ਅਤੇ ਇੱਥੋਂ ਲੋਡ ਨਿਕਲਦੇ ਨੇ ਜੀ ਜਾਂ ਆਲ ਓਵਰ ਹੀ ਜਾਂਦੇ ਆ, ਮੋਸਟਲੀ ਟੋਰੋਂਟੋ ਜਾਂ ਟੋਰੋਂਟੋ ਆਈ ਥਿੰਕ ਯਾਰ ਲਾਸਟ ਲੋਡ ਮੈਂ ਇੱਥੋਂ ਡਰੋਪ ਕੀਤਾ ਪਿੱਕ ਕੀਤਾ ਸੀਗਾ, ਚੱਕ ਕੇ ਡਰਾ ਯਾਰਡ 'ਚ ਡਰੋਪ ਕੀਤਾ ਸੀਗਾ, ਉਹ ਜਾਣਾ ਸੀਗਾ ਜੀ ਕੈਲਗਰੀ। ਅਤੇ ਬਸ ਸਰ ਕੁਛ ਨਹੀਂ, ਹੁਣ ਆਪਾਂ ਲੈ ਕੇ ਬੋਬਟੇਲ ਆਪਾਂ ਜਾਣਾ ਜੀ ਲੋਬਲਾਸ ਰਿਜਾਈਨਾ, ਅਤੇ ਲੋਬਲਾਸ ਜਾ ਕੇ ਆਪਾਂ ਹੁੱਕ ਕਰਨਾ ਜੀ ਉੱਥੋਂ ਇੱਕ ਲੋਡਿਡ ਟ੍ਰੇਲਰ, ਅਤੇ ਉਹ ਲੈ ਕੇ ਆਉਣਾ ਆਪਾਂ ਯਾਰਡ ਦੇ ਵਿੱਚ, ਅਤੇ ਉਹ ਲੋਡ ਹੈਗਾ ਜੀ ਵਿਨੀਪੈਗ ਦਾ, ਅਤੇ ਅੱਗੇ ਫਿਰ ਸਵੇਰੇ ਬਾਈਕ 'ਤੇ ਜਾਣਾ ਹੈਗਾ, ਸੋ ਆਪਾਂ ਲੈ ਕੇ ਆਉਣਾ ਆਈ ਥਿੰਕ ਅਰਾਊਂਡ 4 ਵਜੇ ਜਾਂਦਾ ਲੋਡ, ਇਹ 4 ਜਾਂ 5 ਵਜੇ ਬਾਈਕ 'ਤੇ ਜਾਂਦਾ ਹੁੰਦਾ। ਇੱਕ ਵਾਰੀ ਮੇਰੇ ਕੋਲ ਟਾਈਮ ਨਹੀਂ ਬਚਿਆ ਸੀਗਾ, ਮੈਂ ਲੇਟ ਹੋ ਗਿਆ ਸੀ ਲੋਡ ਲਈ, ਸੋ ਆਪਾਂ
ਚਲੋ ਹੈ ਨਹੀਂ ਕੁਛ ਬਾਹਲਾ ਹੋ ਰਿਹਾ ਇੱਥੇ ਦਿਖਾਉਂਦਾ ਜੋ ਸੀਗਾ ਜੀ ਅਤੇ ਆਪਾਂ ਹੁਣ ਚੱਲਦੇ ਹਾਂ ਜੀ ਚੱਲੇ ਪਾਈਏ ਲੋਬਲਾਸ ਨੂੰ ਆ ਜਾਓ ਜੀ ਫਿਰ ਲੋਬਲਾਸ ਜਾ ਕੇ ਮਿਲਦੇ ਹਾਂ ਜੀ ਆਪਾਂ ਲੋਬਲਾ ਆ ਗਏ ਜੀ ਸਕਿਉਰਿਟੀ ਚੈੱਕ ਇਨ 'ਤੇ ਖੜ੍ਹੇ ਹਾਂ ਅਤੇ ਸਕਿਉਰਿਟੀ ਚੈੱਕ ਇਨ ਕਰਕੇ ਉੱਥੇ ਸਿਰਫ ਆਪਾਂ ਇੱਕ ਆਹ ਪੇਪਰ ਹੁੰਦਾ ਨਾ ਕਹਿੰਦੇ ਡੌਗ ਸੇਫਟੀ ਕਹਿੰਦੇ ਆ ਆਪਾਂ ਇਹ ਲੈ ਕੇ ਜਾਣਾ ਅੰਦਰ ਅਤੇ ਇਹਨੂੰ ਦਿਖਾ ਕੇ ਆਪਣਾ ਉਹਨੇ ਆਪਾਂ ਨੂੰ ਗੇਟ ਇਨ ਕਰ ਦੇਣਾ ਅਤੇ ਫਿਰ ਆਪਾਂ ਜਾਣਾ ਜੀ ਡਿਸਪੈਚ ਦੇ ਔਫਿਸ ਡਿਸਪੈਚ ਔਫਿਸ 'ਚੋਂ ਆਪਾਂ ਆਪਣਾ ਟ੍ਰੇਲਰ ਨੰਬਰ ਦੱਸ ਕੇ ਅਤੇ ਉਹਨਾਂ ਨੇ ਆਪਾਂ ਨੂੰ ਪੇਪਰ ਵਰਕ ਦੇ ਦੇਣਾ ਆਪਾਂ ਇੱਕ ਕਾਪੀ ਸਾਈਨ ਕਰਕੇ ਉਹਨਾਂ ਨੂੰ ਵਾਪਸ ਕਰ ਦੇਣੀ ਆ ਅਤੇ ਆਪਾਂ ਜੋ ਆਪਣਾ ਟ੍ਰੇਲਰ ਇਹਦੀ ਆਈ ਥਿੰਕ ਈਸਟ ਐਂਡ ਕਹਿੰਦੇ ਆ ਈਸਟ ਸਾਈਡ ਵਾਲ 'ਤੇ ਪਿਆ ਹੋਊਗਾ ਆਪਾਂ ਜਾ ਕੇ ਬਸ ਉਹਨੂੰ ਹੁੱਕ ਕਰਨਾ ਐਂਡ ਵਾਪਸ ਯਾਰਡ 'ਚ ਚਲੇ ਜਾਣਾ ਹੈ ਨਾ ਇੰਨਾ ਹੀ ਕੰਮ ਹੈ ਜੀ ਆਪਣਾ ਅਤੇ ਚਲੋ ਅੱਜ ਮੈਂ ਮਤਲਬ ਸਕਿਉਰਿਟੀ ਵਾਲੀ ਆ ਗਈ ਆਪਣੀ ਅਤੇ ਚਲੋ ਚਲੀਏ Thank you. ਲੋ ਜੀ ਸਕਿਉਰਿਟੀ ਚੈੱਕ ਇਨ ਤਾਂ ਹੋ ਗਿਆ ਹੁਣ ਆਪਾਂ ਚੱਲੀਏ ਡਿਸਪੈਚ ਔਫਿਸ ਅਤੇ ਚਲੋ ਡਿਸਪੈਚ ਔਫਿਸ ਜਾ ਕੇ ਆਪਾਂ ਸੋ ਲਓ ਜੀ ਆਪਣਾ ਹੋ ਗਿਆ ਟ੍ਰੇਲਰ ਰੈਡੀ ਸੀਗਾ ਅਤੇ ਆਪਾਂ ਨੂੰ ਪੇਪਰ ਵਰਕ ਵੀ ਮਿਲ ਗਿਆ ਹੈ ਨਾ ਰੈਡੀ ਟੂ ਗੋਆ ਬਸ ਆਪਾਂ ਚੱਲਦੇ ਉਧਰਲੇ ਪਾਸੇ ਅਤੇ ਆਪਾਂ ਆਪਣਾ ਟ੍ਰੇਲਰ ਕਰੀਏ ਜੀ ਹੁੱਕ ਅਤੇ ਟ੍ਰੇਲਰ ਨੰਬਰ ਹੈ 81649 ਲੈਟ ਅਸ ਸੀ ਕੀ ਬਣਦਾ ਕਿੱਥੇ ਖੜਾ ਸਾਨੂੰ ਕੁਛ ਨਹੀਂ ਆਈਡੀਆ ਪਰ ਲੱਭ ਜਾਂਦਾ ਈਜ਼ਲੀ ਸਪੋਟ ਹੋ ਜਾਂਦੇ ਆ ਟ੍ਰੇਲਰ ਇੱਥੇ ਹੈ ਨਾ ਕਿਉਂਕਿ ਵਧੀਆ ਲਾਈਟਿੰਗ ਹੈਗੀ ਇਹਨਾਂ ਦੀ ਯਾਰ ਤਾਂ ਵਧੀਆ ਇਹਨਾਂ ਦਾ ਸੋ ਇੱਥੇ ਦਾ ਰੂਲ ਆ ਜੀ ਆਲਵੇਜ਼ 4-way ਫਲੈਸ਼ਰਸ ਔਨ ਅਤੇ ਬੈਕਅਪ ਕਰਨ ਤੋਂ ਪਹਿਲਾਂ ਕਹਿੰਦੇ ਹਾਰਨ ਮਾਰੋ ਮੈਕਸੀਮਮ ਸਪੀਡ ਲਿਮਿਟ ਜਿਹੜੀ ਕਿ ਹੈਗੀ ਆ ਉਹ ਦਿੱਤੀ ਇਹਨਾਂ ਨੇ 15 ਕਿਲੋਮੀਟਰ ਪਰ ਆਵਰ ਦੀ ਸੋ ਆਪਾਂ 15 ਕਿਲੋਮੀਟਰ ਪਰ ਆਵਰ ਤੋਂ ਵੱਧ ਨਹੀਂ ਜਾ ਸਕਦੇ ਪਰ ਚੱਲ ਜਾਂਦੇ ਨੇ ਮੈਂ ਇਹਨਾਂ ਦੇ ਆਪਣੇ ਹੀ ਜਿਹੜੇ ਸ਼ਟਰ ਨੇ ਉਹ 20-25 ਦੇ ਜਾਂਦੇ ਆ ਬਟ ਜਿਹੜੇ ਆਊਟਸਾਈਡਰ ਆਪਾਂ ਹੈਗੇ ਹਾਂ ਆਪਾਂ ਨਹੀਂ ਜਾ ਸਕਦੇ ਹੈਗੇ ਫੋਰ ਸਮ ਫਨੀ ਰੀਜ਼ਨ
ਚਲੋ ਜੀ ਟ੍ਰੇਲਰ ਉਹ ਕਰਦੇ ਆ ਤੇ ਫਿਰ ਆਪਾਂ ਬਾਕੀ ਦੀ ਗੱਲ ਅੱਗੇ ਕਰਦੇ ਆ ਨਾ ਅੱਗੇ। ਹਾਂਜੀ ਆਇਓ ਆਪਾਂ ਫਿਰ ਹੁਣ ਟ੍ਰੇਲਰ ਹੁੱਕ ਕਰੀਏ ਅਤੇ ਕਰੀਏ ਪੀ ਟੀ ਆਈ ਅਤੇ ਫਿਰ ਪਾਈਏ ਜੀ ਇੱਥੋਂ ਚਾਲੇ ਜਿੰਨੀਆਂ ਚੱਪਾਂ ਨੂੰ ਇੱਕ ਮਿੰਟ ਫਲੈਸ਼ ਔਨ ਕਰ ਲਈਏ। ਗਲਵਸ ਅਤੇ ਚਾਹੀਦੇ ਆ ਜੀ ਹੈਮਰ। ਚਲੋ ਜੀ ਚਾੜ ਦੀ ਇਹ ਦਸਤਾਨੇ ready to go ho ji। okay then blue line idhar lag gayi hai na basically easy hai ki okay color coded hundi hai ne hai na jede jehda aa glad hand hai ye blue aa aa blue line ja rahi hai na रेड लाइन जा रही है सो इन्हें रेड वाला रखूंगा और इलेक्ट्रिकल लाइन के लिए हिंदा टीएन दो हुंदा बट अपन देख के इजीली फिगर आउट कर सकते हैं कि कितने लगेगा ना हम आप बस आले दुआले ये ना ये आप आले दुआले हम गेड़ा देना तो सारे टायर वगैरह चेक करके लेट्स गो। तो आप हम चखना ही लैंडिंग गियर सब तो पहले अपन लोग स्टार्ट करना हमेशा ऑल द वे चकना उपर है ना लाना लाना थे उपर उपर रखी का बट चकन मेरे उधर पर ऑल द वे अप हमेशा इन हमेशा सिक्योर करना ग्लैड हैंड नहीं सॉरी लैंडिंग गियर हैंडल आ मेक श्योर इन हमेशा सिक्योर कराया करो क्योंकि यह बहुत चांस हो निकल के किसी का आँदी कार च वजिया। सो बेसिकली अपना हम पासा मेक श्योर करना क्योंकि टायर फ्लैट ना आए तो जिदा जैसे देख रहे हो सारिया चेक करनिया ने गिया आप देख लो ओके आ सारा कुछ हम बैक से हाँ जी मैनू सीध नहीं लगी हैगी ट्रेलर नू सो मैं की करूँगा हम ना मैं ट्रेलर नू खोल के सारा इनू एक बारी पिछो डोर खोल के मैं चेक करूँगा पिछे सिक्योर होना चाहिए मैं लोड बार लगी हुई है ना लोड बार हमेशा लगी होनी चाहिए या कुछ होर हो जा ऑल द वे बैक फिल आप ज़्यादा कोई चांस नहीं है है ना लोड दे शिफ्ट होने का बट जे तुहाडा ट्रेलर ऑल द वे फुल नहीं है तो मेक श्योर करना कि अपने पिछे लोड सिक्योर हो लाइसेंस प्लेट ओके आ सारिया लाइटा चल रही ने बस इधर अपना जाना सेम इधर सारे टायर देख ले चेक करो लीकेज ना हो टायर फ्लैट ना होर करनी है अपन थले वड़ के ना अपने को फ्लैश लाइट आना आप नीचे वड़ के जी देखने भी जड़िया सारिया जेडे आ ब्रेक चैंबर है ना जड़िया लाइन लगे ने यह लगी होनी चाहिए कोई लूज ना हो ना आप सारे विजुअली चेक कर रही ओके है जी। वैसे एक चीज में मिस करके अपन ट्रक न यूजली स्टार्ट करना चाहिए जरा ट्रेलर सारे एयरबैग फिल हो जाए तो विजुअली चेक कर सकते भी एयरबैग फिल हो गए आ क्योंकि जो एयरबैग फिल नहीं होगा तो उदा ही तोड़ लिया टायर छिले आ है ना खतरा है
ਚਲੋ ਬਾਕੀ ਆਪਾਂ ਹੁਣ ਅੱਗੇ ਜਾ ਕੇ ਫਿਰ ਦੇ ਦਿਆਂ। ਮੇਕ ਸ਼ੋਰ ਕਰ ਲਈਏ ਵੀ ਏਅਰਬੈਗ ਫਿੱਲ ਹੋ ਰਹੇ ਨੇ, ਹੈ ਨਾ। ਹਾਲੇ ਤਾਂ ਹੁਣ ਮੈਂ ਏਅਰਬੈਗ ਤਾਂ ਵਾਪਰ ਆ, ਹੌਲੀ ਹੌਲੀ ਉੱਪਰ ਨੂੰ ਜਾਣਗੇ, ਹੈ ਨਾ। ਮੈਂ ਇੱਥੇ ਰੱਖਦਾ, ਹੌਲੀ ਹੌਲੀ ਉੱਪਰ ਨੂੰ ਮੂਵ ਹੋ ਰਿਹਾ। ਇਹਨੂੰ ਆਪਾਂ ਸਾਨੂੰ ਥੋੜ੍ਹਾ ਟਾਈਮ ਦੇਣਾ ਤਾਂ ਕਿ ਆਲ ਦਾ ਵੇ ਅਪ ਹੋ ਜਾਵੇ ਨਾ ਇਹਦੇ ਵਿੱਚ ਗੈਪ, ਕਿਉਂਕਿ ਏਅਰਬੈਗ ਜੇ ਫਿੱਲ ਨਹੀਂ ਹੋਣਗੇ ਆ ਜਿਹੜਾ ਆ ਗੈ ਆ ਵਾਲਾ ਜਿਹੜਾ ਆ ਗੈਪ ਆ ਇਹ ਬਹੁਤ ਘੱਟ ਹੁੰਦਾ, ਅਤੇ ਕੋਈ ਬੰਪ ਵਗੈਰਾ ਆਇਆ ਜਿਹੜੀ ਆ ਟਰੈਡ ਆ ਗਈ ਇਹਦੇ ਉੱਪਰ, ਤੁਸੀਂ ਦੇਖੋ ਆ ਉੱਪਰ ਹੈਕੀ ਲੱਗਿਆ ਹੋਇਆ ਗਾਰਡਰ ਨੇ, ਹੈ ਨਾ। ਇਹਦੇ ਵਿੱਚ ਟਰੈਡ ਹਿੱਟ ਹੋ ਜੂਗੀ ਅਤੇ ਟਾਇਰ ਡੈਮੇਜ ਹੋ ਜੂਗਾ, ਇਹ ਤੁਹਾਨੂੰ ਜ਼ਿਆਦਾ ਪ੍ਰੋਬਲਮ ਆਊਗੀ, ਰੋਡ ਸਰਵਿਸ ਕਾਲ ਕਰਨੀ ਪਊਗੀ ਅਤੇ ਉਹ ਫਿਰ ਨੋਟ ਗੁੱਡ ਆ, ਹੈ ਨਾ। ਅਤੇ ਆਹ ਜਿਹੜੇ ਆ ਸਕਰੈਚਿਸ ਨੇ ਨਾ, ਜਿਵੇਂ ਕਿ ਆਪਾਂ ਵੱਡੀਆਂ ਕੰਪਨੀਆਂ ਕੰਮ ਕਰਦੇ ਹਾਂ, ਇਹ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਵੀ ਆਪਾਂ ਜਿਹੜੇ ਕੋਈ ਵੀ ਡੈਮੇਜ ਆ ਟ੍ਰੇਲਰ ਦੇ ਉੱਪਰ, ਹੈ ਨਾ, ਆਪਾਂ ਆਪਣੀ ਪ੍ਰੀ ਟ੍ਰਿਪ ਇੰਸਪੈਕਸ਼ਨ ਦੇ ਵਿੱਚ ਹੀ ਆਪਾਂ ਮੈਨਸ਼ਨ ਕਰ ਦੇਣਾ ਤਾਂ ਕਿ ਕੱਲ੍ਹ ਨੂੰ ਆਪਾਂ ਨੂੰ ਕੋਈ ਅਕਾਊਂਟੇਬਲ ਨਾ ਕਰੇ ਇਹਦੇ ਲਈ ਕਿ ਤੁਸੀਂ ਮਾਰੇ ਆ, ਕਿਉਂਕਿ ਹੁਣ ਸੋ ਦੇਖਿਆ ਅਸੀਂ ਇਹ ਫਿੱਲ ਅਪ ਹੋ ਗਿਆ, ਹੈ ਨਾ, ਦੇਖੋ ਕਿੰਨਾ ਗੈਪ ਆ। ਅਤੇ ਮੈਂ ਇੱਕ ਚੀਜ਼ ਹੋਰ ਵੀ ਆ ਵੀ ਜਿਹੜੇ ਆਹ ਏਅਰਬੈਗ ਇਹਤੇ ਮਾੜੀ ਹੈਮਰ ਮਾਰ ਕੇ ਸਾਊਂਡ ਚੈੱਕ ਕਰੋ। ਚਲੋ ਠੀਕ ਹੈ ਜੀ, ਇਹ ਹੋ ਗਈ ਇੰਸਪੈਕਸ਼ਨ, ਹੁਣ ਆਪਾਂ ਪੇਪਰ ਵਰਕ ਵੀ ਆਪਣੇ ਕੋਲ ਹੈਗਾ, ਹੁਣ ਆਪਾਂ ਫਿਲ ਕਰਕੇ ਆਪਾਂ ਤੁਰਨ ਲੱਗੇ ਕਰਦੇ ਹਾਂ ਗੱਲ। ਆਹ ਸੀਗੇ ਇੱਕ ਸੇਫਟੀ ਸਟਿੱਕਰ, ਹੈ ਨਾ, ਥੋੜ੍ਹੇ ਕਿਉਂਕਿ ਡਿਫਰੈਂਟ ਆਪਾਂ ਆਹ ਹੁਣ ਆਪਾਂ ਜੇ ਵੈਸੇ ਦੇਖੀਏ ਤਾਂ ਇਹ ਕਹਿੰਦਾ ਉਹਨਾਂ ਦੇਖਣ ਲੱਗਦਾ ਵੀ ਮਾਰਚ 2021 'ਚ ਐਕਸਪਾਇਰ ਹੋ ਗਿਆ, ਪਰ ਇਹਨਾਂ ਹਮੇਸ਼ਾ ਰੀਡ ਕਰਨਾ ਹੁੰਦਾ, ਕਈ ਸਟਿੱਕਰ ਦੇ ਲਿਖੇ ਹੁੰਦੇ ਐਕਸਪਾਇਰੀ ਡੇਟ ਮੈਨਸ਼ਨ ਕੀਤੀ ਹੁੰਦੀ ਆ ਕਈਆਂ ਦੇ ਉੱਪਰ, ਜਿਵੇਂ ਇਹ ਆ ਆਹ ਦੇਖੋ ਹੁਣ ਇਹ ਡਿਊ ਆ, ਆਹ ਡਿਊ ਡੇਟ ਆ, ਹੈ ਨਾ, ਦਸੰਬਰ 2021, ਅਤੇ ਆਹ ਕੀ ਆ ਡੇਟ ਆਫ ਇੰਸਪੈਕਸ਼ਨ ਵੀ ਇੱਦਣ ਹੋਈ ਸੀ ਮਾਰਚ 2021 'ਚ, ਸੋ ਇਹ ਮਾਰਚ 2022 ਤੱਕ ਵੈਲਿਡ ਆ, ਹੈ ਨਾ। ਸੋ ਇਹ ਚੀਜ਼ ਮਾੜੀ ਜੀ ਮੈਨੂੰ ਲੱਗਿਆ ਸ਼ਾਇਦ ਮੈਨਸ਼ਨ ਕਰ ਦਈਏ ਆਪਾਂ, ਬਾਕੀ ਚਲੋ ਠੀਕ ਹੈ ਜੀ। ਹੈਲੋ ਜੀ, ਆਪਾਂ ਲੋਬਲਾ ਤੋਂ ਬਾਹਰ ਆ ਗਏ ਹਾਂ, ਹੁਣ ਆਪਾਂ ਚੱਲੇ ਪਾਤੇ ਆਪਣੇ ਯਾਰਡ ਵੱਲ ਨੂੰ। ਇੱਥੋਂ ਅਬਾਊਟ 25 ਮਿੰਟ ਦਾ ਰਸਤਾ, ਹੈ ਨਾ, ਸਾਰਾ ਹੀ ਯਾਰਡ ਦਾ। ਸੋ ਆਪਾਂ ਹੁਣ ਨਿਕਲ ਜਾਣਾ ਯਾਰਡ ਨੂੰ। ਹਾਂਜੀ, ਸੋ ਆਪਾਂ ਡਰੋਪ ਕਰਤਾ ਜੀ ਟ੍ਰੇਲਰ ਯਾਰਡ ਦੇ ਵਿੱਚ, ਅਤੇ ਹੁਣ ਆਪਣੀ ਨੈਕਸਟ ਮੂਵ ਹੈਗੀ ਆ ਜੀ ਕੋਸਕੋ, ਉਹਦੇ ਲਈ ਥੋੜ੍ਹਾ ਟਾਈਮ ਹੈਗਾ, ਉਹਦੇ 'ਚ ਆਪਾਂ ਯਾਰਡ ਵਰਕ ਦੇਖਦੇ ਹਾਂ ਜੀ, ਪਰ ਇੰਨਾ ਹੈ ਨਹੀਂ ਮੈਨੂੰ ਲੱਗਦਾ ਕਿਉਂਕਿ ਸਪੋਰਟਸ ਆਲਮੋਸਟ ਫੁੱਲ ਹੀ ਨੇ ਨਾ, ਸੈਂਟਰ ਦੇ ਵਿੱਚ ਕੋਈ ਟ੍ਰੇਲਰ ਹੈ ਨਹੀਂ। ਸੋ ਆਪਣਾ ਆਹ ਇੱਦਾਂ ਕਰਦੇ ਹਾਂ, ਹੁਣ ਆਪਾਂ ਹੁੱਕ ਕਰਕੇ ਨਾ ਖੜ ਜਾਂਦੇ ਹਾਂਗੇ, ਅਤੇ ਆਪਾਂ ਟਾਈਮ ਨਾਲ ਨਿਕਲ, 3 ਵਜੇ 2:30 ਡਿਲੀਵਰੀ ਹੈ, ਅਤੇ 3 ਵਜੇ ਦੀ ਅਪੋਇੰਟਮੈਂਟ, 2:30 ਡਿਲੀਵਰੀ ਹੈ। ਸੋ ਆਪਾਂ ਆਪਣੇ ਕੋਲ ਵਾਧੂ ਟਾਈਮ ਆ, ਹੁਣ ਆਪਾਂ ਚੱਲਦੇ ਹਾਂ ਜੀ, ਅਤੇ ਹੁੱਕ ਕਰਕੇ ਆਪਾਂ ਚੱਲਦੇ ਹਾਂ ਜੀ ਕੋਸਕੋ।